ਕੰਗਣਾ ਰਣੌਤ ਨੂੰ ਲੀਗਲ ਨੋਟਿਸ ਮਿਲਿਆ ਹੈ। ਲੀਗਲ ਨੋਟਿਸ ਵੀ ਪੰਜਾਬ ਤੋਂ ਗਿਆ ਜੀ। ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਨੇ ਅਮਰਜੀਤ ਸਿੰਘ, ਉਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਇਹ ਲੀਗਲ ਨੋਟਿਸ ਭੇਜ ਦਿੱਤਾ। ਮਾਮਲਾ ਉਹੀ ਹੈ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਉੱਤੇ ਹੱਥ ਚੁੱਕਣ ਦਾ, ਯਾਨੀ ਕਿ ਮਾਮਲਾ ਜਲਦੀ ਜਲਦੀ ਸ਼ਾਂਤ ਹੋਣ ਵਾਲਾ ਨਹੀਂ ਹੈ। ਵਕੀਲ ਹੈ ਲਿਆਕਤ ਅਲੀ। ਲਿਆਕਤ ਅਲੀ ਨੇ ਕੰਗਣਾ ਨੂੰ ਨੋਟਿਸ ਭੇਜਿਆ ਕਿ ਤੁਸੀਂ ਸਾਰੇ ਪੰਜਾਬ ਨੂੰ ਅੱਤਵਾਦੀ ਕਿਹਾ। ਕੁਲਵਿੰਦਰ ਕੌਰ ਨੇ ਤੇਰੇ ਮਾਰਿਆ ਕਿ ਨਹੀਂ ਮਾਰਿਆ, ਸਾਡੇ ਕੋਲ ਸਬੂਤ ਨਹੀਂ ਹੈ ਕੋਈ। ਕੁਲਵਿੰਦਰ ਕੌਰ ਨੇ ਥੱਪੜ, ਤੂੰ ਹੀ ਆਪਣੇ ਆਪ ਹੀ ਕਹਿਦਾ ਮੇਰਾ ਥੱਪੜ ਮਾਰਤਾ, ਪਰ ਸਾਡੇ ਕੋਲ ਕੋਈ ਪਰੂਫ ਨਹੀਂ ਹੈ। ਮਾਰਿਆ ਹੋਏਗਾ, ਨਹੀਂ ਮਾਰਿਆ ਹੋਏਗਾ, ਤੂੰ ਸਾਰੇ ਪੰਜਾਬ ਨੂੰ ਕਿੱਦਾਂ ਖਾਲਸਾ ਨਹੀਂ ਕਹਿ ਸਕਦਾ। ਅਤੇ ਕੰਗਣਾ ਰਣੌਤ ਨੂੰ ਲੀਗਲ ਨੋਟਿਸ ਮਿਲਿਆ ਹੈ। ਲੀਗਲ ਨੋਟਿਸ ਵੀ ਪੰਜਾਬ ਤੋਂ ਗਿਆ ਜੀ। ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਨੇ ਅਮਰਜੀਤ ਸਿੰਘ, ਉਹਨਾਂ ਨੇ ਆਪਣੇ ਵਕੀਲ ਦੇ ਰਾਹੀਂ ਇਹ ਲੀਗਲ ਨੋਟਿਸ ਭੇਜ ਦਿੱਤਾ। ਮਾਮਲਾ ਉਹੀ ਹੈ ਕੁਲਵਿੰਦਰ ਕੌਰ ਵੱਲੋਂ ਕੰਗਣਾ ਰਣੌਤ ਦੇ ਉੱਤੇ ਹੱਥ ਚੁੱਕਣ ਦਾ, ਯਾਨੀ ਕਿ ਮਾਮਲਾ ਜਲਦੀ ਜਲਦੀ ਸ਼ਾਂਤ ਹੋਣ ਵਾਲਾ ਨਹੀਂ ਹੈ। ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਹੈਗੀ ਹੈ ਨਾ ਜੀ, ਇਹਦੇ ਪ੍ਰਧਾਨ ਨੇ ਅਮਰਜੀਤ ਸਿੰਘ ਅਤੇ ਉਹਦਾ ਵਕੀਲ ਹੈ ਲਿਆਕਤ ਅਲੀ। ਲਿਆਕਤ ਅਲੀ ਨੇ ਕੰਗਣਾ ਨੂੰ ਨੋਟਿਸ ਭੇਜਿਆ ਕਿ ਤੁਸੀਂ ਸਾਰੇ ਪੰਜਾਬ ਨੂੰ ਅੱਤਵਾਦੀ ਕਿਹਾ। ਅੱਤਵਾਦੀ ਕਿਹਾ, ਪੰਜਾਬ ਦੇ ਅਖੰਡਤਾ ਖਤਮ ਕੀਤੀ ਆ ਤੁਸੀਂ, ਪੰਜਾਬ ਨੂੰ ਤੁਸੀਂ ਇੱਕ ਤਰ੍ਹਾਂ ਦਾ ਕਹਿਰ ਭਰੇ ਸਮਾਜ ਤੋੜਦਾ, ਵੀ ਪੰਜਾਬ ਕਹਿਰ ਭਰਾ ਅੱਤਵਾਦ ਆ ਉੱਥੇ, ਖਾਲਿਸਤਾਨੀ ਨੇ ਉੱਥੇ। ਇਸ ਦਾ ਜਵਾਬ ਇੱਕ ਹਫ਼ਤੇ ਦੇ ਵਿੱਚ ਵਿੱਚ ਦਿਓ, ਇਹਦਾ ਸਪਸ਼ਟੀਕਰਨ ਦਿਓ ਹਫ਼ਤੇ ਦੇ ਵਿੱਚ ਵਿੱਚ, ਨਹੀਂ ਤੁਸੀਂ ਫਿਰ ਇਹਦੇ ਸੰਬੰਧ ਵਿੱਚ ਲੀਗਲੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਇਹ ਮੰਗ ਰੱਖੀ ਉਹਨਾਂ ਨੇ। ਕੁਲਵਿੰਦਰ ਕੌਰ ਨੇ ਤੇਰੇ ਮਾਰਿਆ ਕਿ ਨਹੀਂ ਮਾਰਿਆ, ਸਾਡੇ ਕੋਲ ਸਬੂਤ ਨਹੀਂ ਹੈ ਕੋਈ। ਕੁਲਵਿੰਦਰ ਕੌਰ ਨੇ ਥੱਪੜ, ਤੂੰ ਹੀ ਆਪਣੇ ਆਪ ਹੀ ਕਹਿਦਾ ਮੇਰਾ ਥੱਪੜ ਮਾਰਤਾ, ਪਰ ਸਾਡੇ ਕੋਲ ਕੋਈ ਪਰੂਫ ਨਹੀਂ ਹੈ। ਮਾਰਿਆ ਹੋਏਗਾ, ਨਹੀਂ ਮਾਰਿਆ ਹੋਏਗਾ, ਤੂੰ ਸਾਰੇ ਪੰਜਾਬ ਨੂੰ ਕਿੱਦਾਂ ਖਾਲਿਸਤਾ ਨਹੀਂ ਕਹਿ ਸਕਦੀ ਹਾਂ। ਇਹ ਦੋਸ਼ ਲਾਇਆ ਉਹਨੇ, ਇਹ ਲਾ ਕੇ ਉਹਨੂੰ ਨੋਟਿਸ ਭੇਜਿਆ ਅਤੇ ਕੇਸ ਕਰਨ ਦੀ ਗੱਲ ਕਹਿ ਦਿੱਤੀ ਵੀ ਅਸੀਂ ਕੇਸ ਕਰਾਂਗੇ ਤੁਹਾਡੇ 'ਤੇ। ਬਿਲਕੁਲ ਜੀ, ਅਤੇ ਮਾਮਲਾ ਕਾਫੀ ਗੰਭੀਰ ਵੀ ਹੈ, ਕਈ ਤਰ੍ਹਾਂ ਦੀਆਂ ਅਪਡੇਟਸ ਵੀ ਇਹਦੇ ਨਾਲ ਜੁੜੀਆਂ ਹੋਈਆਂ ਨੇ। ਜਿਵੇਂ ਜਿਵੇਂ ਸਾਡੇ ਕੋਲ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਜ਼ਰੂਰ ਦਿੰਦੇ ਹੁੰਦੇ ਹਾਂ। ਵੈਸੇ ਕੰਗਣਾ ਨੇ ਹੁਣ ਸਹੁੰ ਚੁੱਕ ਲੈਣੀ ਆ ਅਤੇ ਪੱਕੇ ਤੌਰ 'ਤੇ MPO ਨੇ ਬਣ ਜਾਣਾ, ਚੁਣੀ ਗਈ ਹੈ MP, ਅਤੇ ਅੱਗੇ ਉਹਦੇ 'ਤੇ ਕਾਰਵਾਈ ਦਾ ਕਿੰਨਾ ਅਸਰ ਹੁੰਦਾ, ਲੀਗਲ ਨੋਟਿਸ ਦਾ ਜਵਾਬ ਦਿੰਦੀ ਆ ਜਾਂ ਨਹੀਂ ਦਿੰਦੀ, ਬਾਅਦ ਦੀ ਗੱਲ ਦੇਣਾ ਪੈਣਾ। ਕਾਨੂੰਨ ਦਾ ਕਾਨੂੰਨ ਇੱਕੋ ਸਾਰੇ ਵਾਸਤੇ, ਜੇਕਰ MP ਆ ਨਾ ਜੀ, ਜੇ MP ਕੋਈ ਗਲਤੀ ਕਰਦਾ ਤਾਂ ਉਹ ਨੋਟਿਸ ਕਾਨੂੰਨੀ ਕੀ, ਜਿਹੜਾ ਨਾ ਚਾਰ ਤਰ੍ਹਾਂ ਦੀਆਂ ਸੰਸਥਾਵਾਂ ਸਾਡੇ ਭਾਰਤ ਵਿੱਚ ਲੋਕਤੰਤਰ ਦੀਆਂ, ਲੀਗਲੀ ਕਾਰਵਾਈ ਕਰਨ ਵਾਲੇ ਨਿਆਂਪਾਲਿਕਾ ਵੱਖਰੀ ਆ, ਜਿਹੜੀ ਜੇਕਰ ਫਰਜ਼ ਕਰ ਲਓ ਵੀ ਜਿਹੜੀ ਇਹ ਕਾਰਜਪਾਲਿਕਾ ਹੈਗੀ ਆ, ਕਾਰਜਪਾਲਿਕਾ ਗਲਤੀ ਕਰਦੀ ਹੈ ਕੋਈ, ਜਾਂ ਵਿਧਾਨ ਪਾਲਿਕਾ ਗਲਤੀ ਕਰਦੀ ਹੈ ਕੋਈ, ਤਾਂ ਉਸ ਦੇ ਸੰਬੰਧ ਵਿੱਚ ਆਮ ਲੋਕ ਉਹਨੂੰ ਕਾਨੂੰਨ ਦੇ ਦਾਇਰੇ ਵਿੱਚ ਲੈ ਕੇ ਖਿੱਚ ਸਕਦਾ, ਉਹਦਾ ਜਵਾਬ ਮੰਗ ਸਕਦਾ ਆਮ ਵਿਅਕਤੀ। ਤੁਸੀਂ ਵੀ ਕਰ ਸਕਦੇ ਹੋ, ਆਮ ਆਪਣੇ ਗੱਲਾਂ ਸੁਣਨ ਵਾਲੇ ਬੰਦੇ ਵੀ ਕਰ ਸਕਦੇ ਆ। ਕੋਈ ਵੀ ਨੋਟਿਸ ਭੇਜ ਸਕਦਾ ਕੰਗਣਾ, ਅਤੇ ਉਹਦਾ ਜਵਾਬ ਦੇਣਾ ਪੈਣਾ ਉਹਨੂੰ, ਨਹੀਂ ਜਵਾਬ ਦੇਵੇਗੀ ਤਾਂ ਉਹਨੂੰ ਕੋਰਟ ਦਾ ਸਾਹਮਣਾ ਕਰਨਾ ਪੈਣਾ। ਇਹ ਸਾਡੀ ਇਹ ਖੂਬਸੂਰਤੀ ਹੈ ਸਾਡੇ ਡੈਮੋਕ੍ਰੇਸੀ ਦੀ। ਉਹ ਗੱਲ ਵੱਖ ਹੈ ਕਿ ਕੁਛ ਉੱਥੇ ਜਿਹੜੇ ਵੱਡੀਆਂ ਤਾਕਤਾਂ, ਵੱਡੇ ਪਾਵਰਾਂ ਵਿੱਚ ਲੋਕ ਵੱਖਰੇ ਤਰ੍ਹਾਂ ਦੇ ਬਹਿ ਗਏ, ਵੱਖਰੇ ਤਰ੍ਹਾਂ ਦਿਮਾਗ ਉਹਨਾਂ ਦਾ, ਉਹ ਇਹ ਕਾਰਵਾਈਆਂ ਕਰਨ ਤੋਂ ਭੱਜ ਜਾਂਦੇ ਆ। ਜਿਵੇਂ ਕਿ ਉਹ ਜਿਹੜੀ ਕਿਹੜੀ ਸੀ ਕਾਰ ਉਹਦੀ ਸੀਗੀ, ਉਸਨੇ ਨਾਬਾਲਗ ਬੱਚਾ ਕਾਰ ਚਲਾ ਰਿਹਾ ਸੀਗਾ, ਫੋਰਚ ਕਾਰ ਸੀਗੀ, ਹਾਂ ਕਾਰ ਚਲਾ ਰਿਹਾ ਸੀਗਾ, ਉਹਨੂੰ ਜਮਾਨਤ ਦੇ ਦਿੱਤੀ, ਕਹਿੰਦਾ ਤੂੰ ਭਾਈ ਲੇਖ ਲਿਖ ਦੇਖ, ਆਹ ਲੇਖ ਲਿਖ ਦੇਖ ਟ੍ਰੈਫਿਕ ਦੇ ਉੱਪਰ, ਤੂੰ ਜਮਾਨਤ ਦੇ ਦਿੱਤੀ ਆ।
ਉਹ ਵੱਡੇ ਜਿਹੜੇ ਲੋਕ ਵੱਡੇ ਲੋਕਾਂ ਦੀ ਗੱਲ ਜਿਹਨੇ ਕਿ ਉਹ ਉਹਦਾ ਮੈਡੀਕਲ ਬਦਲਣ ਵਾਸਤੇ ਲੱਖਾਂ ਰੁਪਏ ਦੇ ਡਾਕਟਰ ਦੇ 'ਤੇ ਇੱਦਾਂ ਬਦਲ ਲੈਂਦੇ ਆ, ਇੱਦਾਂ ਪ੍ਰਭਾਵ 'ਚ ਲਿਆਉਂਦੇ ਆ ਲੋਕ ਜਿਹੜੇ ਵੱਡੇ ਲੋਕ ਹੁੰਦੇ ਆ, ਤਾਂ ਇਹਨੂੰ ਪ੍ਰਭਾਵ 'ਚ ਲੈ ਕੇ ਨਿਆਂ ਪ੍ਰਣਾਲੀ ਨੂੰ ਆਪਣੇ ਪੱਖ 'ਚ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕ ਹੀ। ਪਰ ਖੂਬਸੂਰਤ ਇਹ ਹੈ ਕਿ ਫਿਰ ਵੀ ਲੋਕ ਖਿੱਚ ਲੈਂਦਾ ਬੰਦਾ ਖੁਦ। ਨਿਡਰ ਹਾਂ, ਨਿਰਪੱਖ ਹਾਂ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਫ਼ਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੁੱਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।